ਬਿਮਾਰੀ ਦੀ ਕਰੋਪੀ ਨੇ ਪੂਰਬਾ ਪਰਿਵਾਰ ਲਈ ਅਜਿਹੀ ਮੁਸੀਬਤ ਲਿਆਂਦੀ ਕਿ ਉਹਨਾਂ ਨੂੰ ਆਪਣੇ ਪਰਿਵਾਰ ਦੇ 3 ਮੈਂਬਰਾਂ ਦੇ ਅਚਾਨਕ ਵਿਛੋੜੇ ਦਾ ਸਾਂਝਾ ਸ਼ਰਧਾਂਜਲੀ ਸਮਾਗਮ ਕਰਨ ਲਈ ਮਜਬੂਰ ਹੋਣਾ ਪਿਆ। ਗੁਰਦੁਆਰਾ ਪਾਤਸ਼ਾਹੀ ਦਸਵੀਂ ਜੇਤੋ ਰੋਡ ਕੋਟਾਪੁਰਾ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਹਜ਼ੂਰੀ ਰਾਗੀ ਭਾਈ ਬੇਅੰਤ ਸਿੰਘ ਪਾਰਸ ਦੇ ਰਾਗੀ ਜਥੇ ਨੇ ਬੈਰਾਗਮਈ ਕੀਰਤਨ ਕੀਤਾ। ਗੁਰੂ ਘਰ ਦੇ ਵਜ਼ੀਰ ਭਾਈ ਤਰਸੇਮ ਸਿੰਘ ਖਾਲਸਾ ਨੇ ਅਰਦਾਸ ਬੇਨਤੀ ਕਰਨ ਉਪਰੰਤ ਪਵਿੱਤਰ ਹੁਕਮਨਾਮਾ ਲਿਆ। ਸਟੇਜ ਸੰਚਲਨ ਕਰਦਿਆਂ ਸੀਨੀਅਰ ਪੱਤਰਕਾਰ ਤੇ ਉੱਘੇ ਸਮਾਜ ਸੇਵੀ ਗੁਰਿੰਦਰ ਸਿੰਘ ਮਹਿੰਦੀ ਰੱਤਾ ਨੇ ਦੱਸਿਆ ਕਿ ਅਰਪਿੰਦਰ ਸਿੰਘ ਕਾਲਾ ਦੇ ਤਾਇਆ ਜੀ ਦਾ ਬੇਟਾ ਬਰਜਿੰਦਰ ਸਿੰਘ ਪੂਰਵਾ ਮਹਿਜ 50 ਸਾਲ ਦੀ ਉਮਰ ਵਿੱਚ 16 ਅਪ੍ਰੈਲ ਨੂੰ ਕੋਰੋਨਾ ਮਹਾਮਾਰੀ ਦੀ ਲਪੇਟ 'ਚ ਆ ਕੇ ਸਦਮੀ ਵਿਛੋੜਾ ਦੇ ਗਿਆ। ਅਗਲੇ ਦਿਨ ਅਰਥਾਤ ਮਿਤੀ 17 ਅਪ੍ਰੈਲ ਨੂੰ ਅਰਪਿੰਦਰ ਸਿੰਘ ਕਾਲਾ ਦੇ ਸਤਿਕਾਰਤਾ ਪਿਤਾ ਸਰਦਾਰ ਸੁਖਦੇਵ ਸਿੰਘ ਪੂਰਵਾ ਦੇ ਵਿਛੋੜੇ ਦੀ ਖਬਰ ਆ ਗਈ। ਉਸ ਤੋਂ ਅਗਲੇ ਦਿਨ 18 ਅਪ੍ਰੈਲ ਨੂੰ ਤਾਇਆ ਅਮਰੀਕ ਸਿੰਘ ਪੂਰਵਾ ਵੀ ਕੋਰੋਨਾ ਕਾਰਨ ਸਦਮੀ ਵਿਛੋੜਾ ਦੇ ਗਏ। ਮਹਿਜ 3 ਦਿਨਾਂ ਵਿੱਚ ਪਰਿਵਾਰ ਦੇ 3 ਮੈਂਬਰਾਂ ਤੇ ਅਚਾਨਕ ਵਿਛੋੜੇ ਦੀ ਖਬਰ ਨੇ ਪਰਿਵਾਰ ਲਈ ਅਨੇਕਾਂ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ। ਉਹਨਾਂ ਦੱਸਿਆ ਕਿ ਸਰਦਾਰ ਅਮਰੀਕ ਸਿੰਘ ਪੂਰਵਾ ਤੇ ਉਹਨਾਂ ਦੇ ਪੁੱਤਰ ਬਰਜਿੰਦਰ ਸਿੰਘ ਦਾ ਦਿੱਲੀ ਵਿਖੇ ਜਾਣਕਾਰਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹਾਜ਼ਰੀ ਵਿੱਚ ਅੰਤਮ ਸੰਸਕਾਰ ਕੀਤਾ, ਕਿਉਂਕਿ ਸਰਦਾਰ ਅਮਰੀਕ ਸਿੰਘ ਦਾ ਸਾਰਾ ਪਰਿਵਾਰ ਕੋਰੋਨਾ ਦੀ ਬਿਮਾਰੀ ਤੋਂ ਪੀੜਤ ਹੋਣ ਕਾਰਨ ਪ੍ਰਸ਼ਾਸਨ ਵੱਲੋਂ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਾ ਮਿਲੀ। ਅਰਪਿੰਦਰ ਸਿੰਘ ਕਾਲਾ ਦੇ ਚਾਚਾ ਪਰਮਜੀਤ ਸਿੰਘ ਪੰਮੀ ਸਮੇਤ ਹਰਵਿੰਦਰ ਸਿੰਘ ਬੈਂਸੀ ਤੇ ਜਸਵਿੰਦਰ ਸਿੰਘ ਜੱਸੀ ਨੇ ਦੱਸਿਆ ਕਿ ਪਰਿਵਾਰ ਨੇ ਵਿਛੜੀਆਂ ਰੂਹਾਂ ਦਾ ਸਾਂਝਾ ਸ਼ਰਧਾਂਜਲੀ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਸੀ। ਇਸ ਮੌਕੇ ਵੱਖ ਵੱਖ ਸੰਸਥਾਵਾਂ ਅਤੇ ਜਥੇਬੰਦੀਆਂ ਵੱਲੋਂ ਆਏ ਸੋਗ ਮਤੇ ਵੀ ਪੜੇ ਗਏ। ਕੋਟਾਪੁਰਾ ਤੋਂ ਪੱਤਰਕਾਰ ਗੁਰਮੀਤ ਸਿੰਘ ਮੀਤਾ ਦੀ ਰਿਪੋਰਟ। ਅੱਜ ਆਪਾਂ ਸਾਰੇ ਸਾਨੂੰ ਪਿਛਲੇ ਦਿਨੀ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਅਮਰੀਕ ਸਿੰਘ ਜੀ, ਸਰਦਾਰ ਸੁਖਦੇਵ ਸਿੰਘ ਜੀ ਤੇ ਸਰਦਾਰ ਬਰਜਿੰਦਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇੱਥੇ ਇਕੱਤਰ ਹੋਏ ਹਨ। ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬੇਅੰਤ ਸਿੰਘ ਪਾਰਸ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਸਮੁੱਚੇ ਰਾਗੀ ਜਥੇ ਨੇ ਗੁਰਮਤ ਵਿਚਾਰਾਂ ਦੀ ਸਾਂਝ ਪਾਈ। ਉਪਰੰਤ ਗੁਰੂ ਘਰ ਦੇ ਵਜ਼ੀਰ ਭਾਈ ਤਰਸੇਮ ਸਿੰਘ ਖਾਲਸਾ ਨੇ ਅਰਦਾਸ ਬੇਨਤੀ ਕਰਨ ਉਪਰੰਤ ਪਵਿੱਤਰ ਹੁਕਮਨਾਮਾ ਲਿਆ। ਜਿਵੇਂ ਪਿਛਲੇ ਦਿਨੀ ਅਖਬਾਰਾਂ ਚ ਲਿਖਿਆ ਜਾ ਚੁੱਕਾ ਕਿ ਕੋਰੋਨਾ ਮਹਾਮਾਰੀ ਨੇ ਬਹੁਤ ਸਾਰੀਆਂ ਕੀਮਤੀ ਜਾਨਾਂ ਅਜਾਹੀ ਗਵਾ ਦਿੱਤੀਆਂ। ਅੱਜ ਸਾਡੇ ਚੁਣੇ ਨੁਮਾਇੰਦੇ ਵੀ ਸਾਡੇ ਨਹੀਂ ਹੋ ਰਹੇ। ਦੇਸ਼ ਦੀ ਆਜ਼ਾਦੀ ਦੇ 74 ਸਾਲਾਂ ਬਾਅਦ ਵੀ ਕਦੀ ਅਸੀਂ ਹਸਪਤਾਲਾਂ ਚ ਮਿਲਦੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਾਂ ਤੇ ਕਦੇ ਆਕਸੀਜਨ ਤੋਂ ਵਾਂਝੇ ਹਾਂ। ਬਹੁਤ ਸਾਰੀਆਂ ਸੰਸਥਾਵਾਂ, ਜਥੇਬੰਦੀਆਂ, ਸਭਾ ਸੁਸਾਇਟੀਆਂ, ਕਲੱਬਾਂ, ਯੂਨੀਅਨਾਂ ਜਾਂ ਐਸੋਸੀਏਸ਼ਨਾਂ ਦੇ ਨੁਮਾਇੰਦੇ ਹਾਜ਼ਰੀ ਲਵਾ ਕੇ ਚਲੇ ਗਏ ਨੇ। ਬਹੁਤ ਸਾਰੇ ਇੱਥੇ ਬਿਰਾਜਮਾਨ ਨੇ, ਕੁਝ ਕੁ ਸੋਗ ਮਤੇ ਆਏ ਨੇ। ਦਸ਼ਮੇਸ਼ ਵੈਲਫੇਅਰ ਸੋਸਾਇਟੀ ਮੋਗਾ ਰੋਡ ਕੋਟਪੁਰਾ ਵੱਲੋਂ ਕੈਪਟਨ ਨਰਿੰਦਰ ਕੁਮਾਰ ਬੈਰ, ਪ੍ਰੈਜੀਡੈਂਟ ਸੰਤੋਖ ਸਿੰਘ ਚਾਨਾ, ਇਹਨਾਂ ਨੇ ਸੋਗ ਮਤਾ ਭੇਜਿਆ। ਪੰਜਾਬ ਪੈਨਸ਼ਨਰ ਯੂਨੀਅਨ ਜ਼ਿਲ੍ਹਾ ਫਰੀਦਕੋਟ ਵੱਲੋਂ ਸੋਮਿੰਦਰ ਸਿੰਘ ਸੁਨਾਮੀ, ਕੁਲਵੰਤ ਸਿੰਘ ਚਾਨੀ, ਹਰਬੰਸ ਸਿੰਘ ਪਦਮ, ਮੁਖਤਿਆਰ ਸਿੰਘ ਮਹਤਾ, ਇਕਬਾਲ ਸਿੰਘ ਮੰਗੇੜਾ ਆਏ ਨੇ। ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਕੋਸ਼ਲ ਵੱਲੋਂ ਸੋਮ ਸੁਨਾਮੀ ਜੀ ਸੋਗ ਮਤਾ ਲੈ ਕੇ ਆਏ ਨੇ। ਬਾਬਾ ਨਾਮਦੇਵ ਸਭਾ ਰਜਿਸਟਰ ਮੋਗਾ ਰੋਡ ਕੋਟਪੁਰਾ ਦੇ ਪ੍ਰਧਾਨ ਸ਼ਰਨਜੀਤ ਸਿੰਘ ਮੋਗਰ ਵੱਲੋਂ ਵੀ ਸੋਗ ਮਤਾ ਆਇਆ। ਸਰਪੰਚ, ਗ੍ਰਾਮ ਪੰਚਾਇਤ ਪਿੰਡ ਦੁਆਰਿਆਣਾ ਬੀਬੀ ਕੁਲਵੰਤ ਕੌਰ ਸਰਪੰਚ ਦਾ ਸੋਗ ਮਤਾ ਲੈ ਕੇ ਆਏ ਨੇ। ਉਹਨਾਂ ਦੇ ਬੇਟੇ ਮਨਿੰਦਰ ਸਿੰਘ ਹੈਪੀ,
इस तो इलावा गुरप्रीत सिंह राजा जो संस्थापक ने शहीद बाबा दीप सिंह चैरिटेबल सोसाइटी गुरदीप सिंह मैनेजर गुरहोरिंग क्लब वालों ते प्रधान ने लायंस क्लब कोटपुरा विश्वास इस गुरुद्वारा साहब नाल जुड़िया सोसाइटियां दशमेल सेवा सोसाइटी ते सुखमणि सेवा सोसाइटी इस तो इलावा दर्शन सिंह संघा साहब का प्रधान ट्रक यूनियन कोटपुरा गोपाल सिंह मदान प्रधान अरोड़ बस धर्मशाला हरमंदर सिंह मेहंदी पीवी जी वेलफेयर क्लब वालों सुखबीर सिंह साबका सरपंच पिंड द्वारियाणा अते होर भी बहुत सारिया उगिया शशीता विराजमान ने किक दा नाम लेना बड़ा मुश्किल जापदा है। सो जथेदार बाबा गुरबंध सिंह जी इस गुरद्वारा साहब के मुख सेवादार ने बीबी नरेंद्र कौर जी ते इन्हां दा बेटा जसवंत सिंह ओह भी श्रद्धांजलि समागम हाजर ने इस परिवार के नाल बड़ी मेहरता उन्होंने सो इस समुचे परिवार वालों माता दलजीत कौर परमजीत सिंह पमी अरपिंदर सिंह काला जसविंदर सिंह जसी हरविंदर सिंह वैंसी समेत समुचे उर्बा परिवार वालों दूरों नेड़े वाइया संगतां दा धन्नवाद किया जाता है। परिवार वालों बेनती है कि पहला अरदास अपना कड़ा प्रसाद की देख वरतेगी सेवादार बेनती है कि देख वरतौनी आरंभ करन परिवार की बेनती है कि कड़ा प्रसाद की देख लैण उपरंत गुरु का लंगर छक के जाना जिहड़े वीर भैण बच्चा ने गुरु का लंगर छकदा है उन्हां दा धन्नवाद जिन्हां ने नहीं छकिया वो लोड़ अनुसार लंगर जरूर छक के जान और बहुत सारिया शख्सियतां हाजर ने सारिया का परिवार वालों धन्नवाद किया जाता वाहेगुरु जी का खालसा वाहेगुरु जी। साड़े चैनल नूं सबसक्राइब करो अते सबसक्राइब करन वेले बैल आइकन वाला बटन दबाना ना भुलो ताकि तुहानू हर खबर मिल सके सब तो पहला।